ਕੋਈ ਸੰਨ 1938 ਦਾ ਵਾਕਿਆ ਹੈ। ਅੱਬਾ ਜੀ ਦੀ ਪੋਸਟਿੰਗ ਇੱਕ ਸ਼ਹਿਰ ਸੀ ਜਾਖਲ, ਉੱਥੇ ਰੇਲਵੇ ਸਟੇਸ਼ਨ 'ਤੇ ਉੱਥੇ ਦੀ ਪੋਸਟਿੰਗ ਹੋ ਗਈ ਟੈਲੀਗ੍ਰਾਫ ਆਫਿਸ 'ਚ। ਔਰ ਮਸਲਾ ਇਹ ਬਣਿਆ ਜਾਂਦਾ ਕਿ ਉਹਨਾਂ ਨੂੰ ਕੋਈ ਅਕੋਮੋਡੇਸ਼ਨ ਮਾਕੂਲ ਨਹੀਂ ਮਿਲ ਸਕੀ, ਉਹਨਾਂ ਦੇ ਸਟੇਟਸ ਦਾ ਕੋਈ ਮਕਾਨ ਨਹੀਂ ਸੀ, ਉਹਨਾਂ ਤੋਂ ਜ਼ਰਾ ਬੜੇ ਸਟੇਟਸ ਦਾ ਮਕਾਨ ਸੀ ਤੁਸੀਂ ਅਫਸਰ ਦਾ। ਅੱਬਾ ਜੀ ਨੇ ਉਹ ਅਕੁਪਾਈ ਕਰ ਲਿਆ ਔਰ ਕਿਹਾ ਕਿ ਵੀ ਮੈਨੂੰ ਮੇਰੇ ਸਟੇਟਸ ਦਾ ਮਕਾਨ ਦਿਓਗੇ ਤਾਂ ਮੈਂ ਇੱਥੇ ਕਰੂੰਗਾ, ਮੈਂ ਛੋਟੇ ਮਕਾਨ 'ਚ ਕਿਉਂ ਜਾਵਾਂ। ਉਹ ਜਿਸ ਮਕਾਨ ਤੁਸੀਂ ਗਏ ਹੋ ਤੇ ਕੋਠੀ ਨਵਾਂ ਮਕਾਨ ਸੀ, ਬੜਾ ਅੱਛਾ, ਚਾਰੋਂ ਤਰਫ ਉਹਦੇ ਬੜਾ ਅੱਛਾ ਲੋਨ ਸੀ, ਫੁੱਲ ਬੱਟੇ ਲੱਗੇ ਹੋਏ ਸੀ, ਬਾੜ ਸੀ, ਬਾੜ ਵੀ ਮਹਿੰਦੀ ਦੀ ਬਾੜ ਸੀ, ਮਹਿੰਦੀ ਦੀ ਬਾੜ ਸੀ। ਅਤੇ ਉਹ ਬਾੜ ਗਲਬਨ ਅੰਮਾ ਜੀ ਨੇ ਅੱਬਾ ਜੀ ਨੇ ਪਹਿਚਾਣ ਲਈ ਕਿ ਤਾਂ ਮਹਿੰਦੀ ਹੈ, ਇਹਦਾ ਪੱਤਾ ਬੜੀ ਬੜੀ ਭੈਣ ਨੂੰ ਲੱਗ ਗਿਆ। ਉਹ ਸੀ 7 ਸਾਲ ਦੀ, ਮੇਰਾ ਖਬਰ ਸਕੋ 6 ਸਾਲ ਦੀ। ਉਹਨੇ ਕਿਹਾ ਇਹ ਮੈਂ ਮਹਿੰਦੀ ਇਸਤੇਮਾਲ ਕਰਨੀ ਹੈ, ਮੈਂ ਲਗਾਉਣੀ ਹੈ। ਅੰਮਾ ਜੀ ਨੇ ਕਿਹਾ ਅੱਛਾ। ਉਹਦੇ ਪੱਤੇ ਤੋੜੇ, ਕਾਫੀ ਪੱਤੇ ਤੋੜ ਕੇ ਫਿਰ ਉਹਨਾਂ ਸੁਕਾਉਣਾ ਸੀ, ਧੁੱਪੇ ਸੁਕਾਉਣੇ ਸੀ ਤਾਂ ਉਹਦਾ ਰੰਗ ਖਰਾਬ ਹੋ ਜਾਣਾ ਸੀ। ਬਸ ਕਮਰੇ 'ਚ ਰੱਖ ਕੇ ਪਤਾ ਨਹੀਂ ਕਿੰਨੇ ਦਿਨ, ਮਹੀਨਾ ਕੇ 20 ਦਿਨ ਪੈ ਰਹੇ ਤਾਂ ਸੁੱਕੇ। ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਕੁੱਟਿਆ ਅੰਮੀ ਨੇ, ਔਰ ਉਹ ਜ਼ਿਆਦਾ ਕੁੱਟ ਵੀ ਨਹੀਂ ਹੋਈ ਅੱਛੀ ਤਰ੍ਹਾਂ, ਬਸ ਸੋ ਗਈ ਗੁਜ਼ਾਰਾ ਲਾ ਕੇ ਪਾਣੀ ਪਾ ਕੇ ਉਹਨੂੰ ਕੋਲ ਕੇ ਉਹ ਆਪਾਂ ਦੇ ਮੇਰੇ ਸਜਦਾ ਦੇ ਹੱਥਾਂ 'ਤੇ ਲਗਾ ਤੇ ਬੜਾ ਅੱਛਾ ਲੰਘ ਚੜ੍ਹ ਗਿਆ। ਇਹ ਮਹਿੰਦੀ ਲਾਲ ਸੀ ਇਸਤੇਮਾਲ ਹੁੰਦਾ ਲਿਖਿਆ, ਅੱਜ ਕੱਲ੍ਹ ਤਾਂ ਤੁਸੀਂ ਲੋਕ ਇਸਤੇਮਾਲ ਹੀ ਨਹੀਂ ਕਰਦੇ ਅਸਲੀ ਮਹਿੰਦੀ, ਪਤਾ ਹੁਣ ਕੈਮੀਕਲ ਵਾਲੀਆਂ ਚੀਜ਼ਾਂ ਆਉਂਦੀਆਂ ਉਹ ਲਗਾਉਂਦੀਆਂ ਤੁਸੀਂ ਕੋਲਾਂ ਦੇ ਵਿੱਚ। ਔਰ ਉਹ ਇਲਾਕਾ ਐਸਾ ਸੀ ਹਿੰਦੂਆਂ ਦੀ, ਉੱਥੇ ਜ਼ਾਹਿਰ ਹੈ ਜ਼ਿਆਦਾ ਸੀ ਆਬਾਦੀ, ਅਤੇ ਜਾਨਵਰਾਂ ਨੂੰ ਪਰਿੰਦਿਆਂ ਨੂੰ ਕੁਛ ਨਹੀਂ ਕਹਿੰਦੇ ਸੀ ਉਹ। ਮੈਂ ਦੇਖਿਆ ਕਿ ਉੱਥੇ ਸੁਬਾਹ ਨੂੰ ਸਾਡੇ ਉੱਥੇ ਕੋਠੀ ਦੇ ਵਿੱਚ ਜਿਹੜੀ ਅਸੀਂ ਕੀ ਕਰਦੇ ਸੀ ਇੱਕ ਬੋਲੀ ਜਿਹੀ ਚਵੱਚਾ ਜਿਹਾ ਪਾਣੀ ਦਾ, ਉੱਥੇ ਮੋਹਰ ਆ ਜਾਂਦੇ ਸੀ ਸੁਬਾਹ ਨੂੰ, ਕੁਛ ਨਾ ਕੁਛ ਖਾਣ ਲਈ ਰੱਖਿਆ ਹੁੰਦਾ ਸੀ, ਰਾਤ ਦਾ ਬੱਚਾ ਕੁਛ ਖਾਣਾ ਸ਼ਾਇਦ ਸਾਡੀ ਅੰਮੀ ਉੱਥੇ ਰੱਖ ਦਿੰਦੀ ਸੀ, ਅਤੇ ਉਹ ਆ ਜਾਂਦੇ ਸੀ ਚਿੜੀਆਂ ਚੁੜੀਆਂ, ਅਤੇ ਮੋਹਰ ਵੀ ਆ ਜਾਂਦੇ ਸੀ ਖਾਣ ਲਈ। ਅਸੀਂ ਕਈ ਦਫ਼ਾ ਸੁਬਾਹ ਨੂੰ ਸਵੇਰੇ ਉੱਠ ਕੇ ਦੇਖਿਆ ਕਿਉਂਕਿ ਉਸ ਕੋਠੀ 'ਚ ਮੋਰ ਬੈਠੇ ਆ, ਕੋਈ ਤੰਗ ਨਹੀਂ ਕਰਦਾ ਸੀ ਮੋਰਾਂ ਨੂੰ, ਕੋਈ ਨਹੀਂ ਮਾਰਦਾ ਸੀ, ਅਜੀਬ ਉੱਥੇ ਦਾ ਮਾਹੌਲ ਸੀਗਾ। ਖੈਰ ਕਾਫੀ ਅਰਸਾ ਉੱਥੇ ਰਹੇ ਅਸੀਂ, ਲੇਕਿਨ ਉਹ ਮਸਲਾ ਜਿਹੜਾ ਸੀ ਰਿਕਮੈਂਡੇਸ਼ਨ ਦਾ ਉਹ ਚੱਲਦਾ ਰਿਹਾ। ਔਰ ਅਖਰ ਤਾਂ ਇਹ ਹੋਈ ਗੱਲ ਅੱਬੇ ਜੇ ਕਿ ਅੱਛਾ ਇਹ ਜਿਹੜੇ ਤੁਸੀਂ ਮਕਾਨ ਹੈ ਜੀ, ਇਹ ਦੋ ਦੋ ਦਾ ਮਕਾਨ ਦਾ ਸੀ ਉੱਥੇ, ਜਿਹੜੀ ਦੋ ਮਕਾਨ ਇਕੱਠੇ ਬਣਾਏ ਸੀ, ਜਗ੍ਹਾ ਛੱਡ ਕੇ ਦੋ ਮਕਾਨ ਬਣ ਕੇ ਦੋਨੋਂ ਮਕਾਨ ਮੈਨੂੰ ਦੇ ਦਿਓ, ਔਰ ਇਹਨਾਂ ਦੇ ਦਰਮਿਆਨ ਦੋਨੋਂ ਕਮਰਿਆਂ ਦੇ ਦਰਮਿਆਨ ਰਸਤਾ ਬਣਾ ਦਿਓ, ਸਿਹਨ ਦੇ ਦੋ ਸਿਹਨ ਸੀ ਉਹਨਾਂ ਦੇ ਦਰਮਿਆਨ ਰਸਤਾ ਬਣਾ ਦਿਓ, ਇਹ ਦੋਨੋਂ ਦੇ ਦਿਓ, ਉਹ ਤਾਂ ਮੈਂ ਕੋਠੀ ਛੱਡਾਂਗਾ। ਲਿਆਦਾ ਰੇਲਵੇ ਨੇ ਇਹ ਗੱਲ ਮਨਜ਼ੂਰ ਕਰ ਲਈ, ਉਹ ਦੋ ਕੁਆਟਰਾਂ ਦਾ ਇੱਕ ਕੁਆਟਰ ਬਣਾ ਦਿੱਤਾ ਬੜਾ। ਉੱਥੇ ਅਸੀਂ ਸ਼ਿਫਟ ਹੋ ਗਏ, ਉੱਥੇ ਅਸੀਂ ਕਾਫੀ ਦੇਰ ਰਹੇ। ਮੇਰਾ ਖਿਆਲ 5 ਸਾਲ ਦਾ ਸੀ, ਬੜੀ ਭੈਣ ਮੇਰੀ ਸਹੀ ਦਾ ਸ਼ਾਇਦ 7 ਸਾਲ ਦੀ ਹੋਗੀ। ਸਾਨੂੰ ਇੱਕ ਸਕੂਲ ਦਾਖਲ ਕੀਤਾ, ਲੜਕਿਆਂ ਦਾ ਸਕੂਲ ਸੀ, ਉਹ ਸਭ ਹਿੰਦੂ ਥੋੜ੍ਹੀ ਸਿੱਖ ਪੜ੍ਹਦੇ ਸੀ, ਬੜਾ ਤਮਾਸ਼ਾ ਸੀ। ਉੱਥੇ ਜਿਹੜੇ ਪਹਾੜੇ ਕਹਾਏ ਜਾਂਦੇ ਸੀ ਉਹ ਬੜੇ ਅਜੀਬ ਅਗਰੀਬ ਸੀ, ਤੁਹਾਨੂੰ ਤਾਂ ਬਹੁਤ ਹੈਰਤ ਹੁੰਦੀ ਸੀ। ਅਸੀਂ ਤਾਂ ਇੱਥੇ ਸਕੂਲਾਂ 'ਚ ਪਹਾੜਾ ਪੜ੍ਹ ਜਾਂਦਾ, ਜਾਂ ਤਾਂ ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਤਿੰਨ ਦੂਣੀ ਛੇ, ਦੋ ਇੱਕ ਦੋ, ਦੋ ਦੂਣੀ ਚਾਰ, ਦੋ ਤਿੰਨ ਛੇ। ਉੱਥੇ ਉੱਥੇ ਤਾਂ ਵੀ ਕਮਾਲ ਸੀਗਾ, ਉਹ ਪਹਾੜਾ ਪੜ੍ਹਦੇ ਸੀਗੇ, ਯਾਨੀ ਪਊਏ ਦਾ ਵੀ ਪਹਾੜਾ, ਪਊਏ ਦਾ ਪਹਾੜਾ, ਇੱਕ ਪਊਆ ਪਊਆ, ਦੋ ਪਊਆ ਅੱਧਾ, ਤਿੰਨ ਪਊਏ ਪੌਣਾ, ਚਾਰ ਪਊਏ ਇੱਕ, ਪੰਜ ਪਊਏ ਸਵਾ, ਅੱਧੇ ਦਾ ਪਹਾੜਾ, ਇੱਕ ਅੱਧਾ, ਅੱਧਾ ਦੋ ਅੱਧਾ ਇੱਕ, ਤਿੰਨ ਅੱਧਾ ਪੌਣਾ ਚਾਰ ਅੱਧਾ, ਦੋ ਪੌਣਾ ਦੋ ਅੱਧਾ ਇੱਕ, ਤਿੰਨ ਤਿੰਨ ਪੌਣਾ ਡੇਢ ਡੇਢ, ਫਿਰ ਕੀ ਸੀ ਅੱਧੇ ਤੋਂ ਬਾਅਦ ਪੌਣੇ ਦਾ, ਇੱਕ ਪੌਣਾ ਪੌਣਾ, ਦੋ ਪੌਣਾ ਡੇਢ ਪਹਾੜਾ, ਫਿਰ ਇਸ ਤੋਂ ਬਾਅਦ ਕੀ ਸੀ ਡੇਢ ਦਾ ਸੀ ਲੂਡਾ ਲੂਡਾ, ਦੋ ਲੂਡਾ ਤਿੰਨ, ਪੌਣੇ ਦੋ ਦਾ, ਹੁਣ ਪੌਣੇ ਦੋ ਨੂੰ ਕੀ ਕਹਿੰਦੇ ਸੀ ਉਂਟਾ, ਇੱਕ ਉਂਟਾ ਉਂਟਾ, ਦੋ ਉਂਟੇ ਸਾਢੇ ਤਿੰਨ ਆ ਕਿੰਨੇ, ਇਸ ਤਰ੍ਹਾਂ ਦੇ ਪਹਾੜੇ ਉੱਥੇ ਹੁੰਦੇ ਸੀ। ਔਰ ਉਹ ਲੜਕਿਆਂ ਨੇ ਬੱਚਿਆਂ ਨੇ ਯਾਦ ਕੀਤਾ ਸੀ, ਹਿੰਦੂਆਂ ਦੀ ਬੜੀ ਕੋਸ਼ਿਸ਼ ਹੁੰਦੀ ਸੀ ਕਿ ਬੱਚਿਆਂ ਨੂੰ ਹਿਸਾਬ ਕਿਤਾਬ ਦੇ ਵਿੱਚ ਮਾਹਰ ਕਰਤਾ ਜਾਏ। ਸਾਡੇ ਪਾਕਿਸਤਾਨ 'ਚ ਮੁਸਲਮਾਨਾਂ ਦੇ ਸਕੂਲਾਂ 'ਚ ਕਤਲ ਦੋ ਤੋਂ ਤਿੰਨ ਚਾਰ ਪੰਜ ਛੇ ਪਹਾੜੇ ਹੁੰਦੇ, ਚਾਹੇ 16 ਤੱਕ ਪੜ੍ਹੀਏ ਅਸੀਂ, 20 ਤੱਕ ਪੜ੍ਹੀਏ, ਅੱਧੇ ਦਾ ਪੌਣੇ ਦਾ ਉਂਟੇ ਦਾ ਨਾਮ ਨਿਸ਼ਾਨ ਨਹੀਂ ਸੀ ਇੱਥੇ। ਮੇਰਾ ਖਿਆਲ
ਇਹ ਜਿਹੜੀ ਗੱਲ ਮੈਂ ਦੱਸ ਰਿਹਾ ਕਿਸੇ ਨੂੰ ਵੀ ਨਹੀਂ ਪਤਾ ਹੋਏਗਾ ਕਿ ਹਿੰਦੂ ਇਹ ਵੀ ਪਹਾੜੇ ਪੜ੍ਹਦੇ ਸੀਗੇ ਬੜੇ ਮਜ਼ਾ। ਖੈਰ ਉੱਥੇ ਅਸੀਂ ਰਹੇ ਕੋਈ ਸਾਲ ਸਵਾ ਸਾਲ, ਸਾਲਾਂ ਸਾਲ ਦੇ ਦੌਰਾਨ ਜਿਹੜੇ ਵਾਕਿਆਤ ਮੈਨੂੰ ਯਾਦ ਆਉਂਦੇ ਆ ਉਹਦੇ 'ਚ ਇੱਕ ਵਾਕਿਆ ਤਾਂ ਇਹ ਸੀ ਕਿ ਉੱਥੇ ਉਹ ਜਿਹੜੀਆਂ ਕਲਾਸ ਫੋਰ ਦੇ ਲੋਕਾਂ ਦੇ ਛੋਟੇ ਛੋਟੇ ਕੁਆਰਟਰ ਸੀ ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਜ਼ੇਵਰ ਪਾ ਦਿੰਦੇ ਸੀ ਚਾਂਦੀ ਦੇ ਕੜੇ ਇੱਥੇ ਤੱਕ ਬਾਹਾਂ 'ਚ ਪੈਰਾਂ 'ਚ ਮੋਟੇ ਮੋਟੇ ਚਾਂਦੀ ਦੇ ਜ਼ੇਵਰ ਉਹਨਾਂ ਦਾ ਰਿਵਾਜ਼ ਸੀਗਾ। ਔਰ ਉਹ ਦੁਪਹਿਰ ਨੂੰ ਜ਼ਰਾ ਕੁ ਦੂਰ ਬਾਹਰ ਨਿਕਲ ਕੇ ਜੰਗਲ ਵੱਲ ਨੂੰ ਪੀਲੂ ਦੌੜਨ ਜਾਂਦੀਆਂ ਹੁੰਦੀਆਂ ਸੀ ਪੰਜ ਚਾਰ 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 ਪੰਜ ਪੰਜ ਔਰਤਾਂ ਮਿਲ ਕੇ। ਇੱਕ ਦਫ਼ਾ ਕੀ ਹੋਇਆ ਉਹ ਚਾਰ ਪੰਜ ਔਰਤਾਂ ਉੱਥੇ ਕੀਤੀਆਂ ਗਈਆਂ ਸੀ ਕਿ ਉਹ ਡਾਕੂ ਹੈਗਾ, ਉਹਨਾਂ ਨੇ ਫੜ ਲਿਆ ਉਹਨਾਂ ਨੂੰ, ਉਹ ਮਾਰਿਆ ਵੀ ਔਰ ਉਹਨਾਂ ਦੇ ਸਾਰੇ ਜ਼ੇਵਰਾਤ ਲਾਹ ਲਏ। ਇਹ ਤੁਸੀਂ ਦੇਖ ਲਓ ਕਿ ਉਹ ਔਰਤਾਂ ਉਹਨਾਂ ਦੀਆਂ ਪਿੱਠਤੀਆਂ ਆਈਆਂ ਇੱਥੇ ਇੱਥੇ ਕੁਆਟਰ 'ਚ ਆਪਣੇ ਜਿਹੜਾ ਰੇਲਵੇ ਦਾ ਪੁਲਿਸ ਦਾ ਮਹਿਕਮਾ ਸੀ ਉਹਦਾ ਜਿਹੜਾ ਥਾਣੇਦਾਰ ਸੀ ਉਹ ਵੀ ਉੱਥੇ ਰਹਿੰਦਾ ਸੀ ਸੋਸਾਇਟੀ 'ਚ, ਹੁਣ ਪਤਾ ਲੱਗ ਗਿਆ। ਔਰ ਉਸਨੇ ਉਸੇ ਵਕਤ ਆਪਣੇ ਜਿਹੜੇ ਸਿਪਾਹੀ ਸੀਗੇ ਉਹਨਾਂ ਨੂੰ ਤੋੜਾਇਆ ਔਰ ਸ਼ਾਮ ਤੱਕ ਉਹਨਾਂ ਡਾਕੂ ਨੂੰ ਫੜ ਕੇ ਲਿਆ ਸਾਡੇ ਸਾਹਮਣੇ, ਫੈਂਟਰੀ ਕੀਤੀ ਉਹਨਾਂ ਦੀ ਬੰਨੇ ਉਹਨਾਂ ਨੂੰ। ਯਾਨੀ ਅੱਜ ਅਗਰ ਇਸ ਤਰ੍ਹਾਂ ਦੀ ਟਿਕੈਤੀ ਹੋ ਜਾਏ ਤਾਂ ਕੋਈ ਪਕੜਾ ਹੀ ਨਹੀਂ ਜਾਏਗਾ। ਉਸ ਜ਼ਮਾਨੇ 'ਚ ਤਾਂ ਮੈਂ ਦੇਖਿਆ ਉਹਨਾਂ ਨੇ ਫਟਾਫਟ ਸ਼ਾਮ ਤੱਕ ਉਹ ਪੜ ਲਿਆ, ਔਰਤਾਂ ਦੇ ਸੱਟਾਂ ਲੱਗੀਆਂ ਸੀ ਕਰਾ ਰਹੀਆਂ ਚਾਦੀਆਂ ਮਾਰ ਲਿਆ ਉਹਨਾਂ ਨੇ ਜ਼ੋਰਦਾਰ ਸੀ। ਔਰ ਉਹ ਕੜੇ ਛੜੇ ਲਾਣੇ ਇੰਨੇ ਆਸਾਨ ਥੋੜ੍ਹੇ ਸੀਗਾ, ਬੜੀ ਮੁਸ਼ਕਿਲ ਨਾਲ ਲਾਏ ਹੋਣੇ, ਉਹਦੀ ਉਹਨਾਂ ਨੂੰ ਤਕਲੀਫ ਹੋਈ ਹੋਈ। ਇੱਕ ਤਾਂ ਇਹ ਵਾਕਿਆ ਬੜਾ ਅਜੀਬ ਸੀਗਾ ਉੱਥੇ ਹੋਇਆ, ਔਰ ਇੱਕ ਹੋਰ ਵਾਕਿਆ ਵੀ ਮੈਨੂੰ ਯਾਦ ਆ ਰਿਹਾ। ਇੱਕ ਜ਼ਿਮੀਂਦਾਰ ਸੀਗਾ ਸ਼ਿਕਾਰੀ, ਅੱਬਾ ਜੀ ਦਾ ਦੋਸਤ ਸੀ ਉਹ, ਅਤੇ ਅੱਬਾ ਜੀ ਕਦੀ ਕਦੀ ਉਹਦੇ ਨਾਲ ਮਹੀਨੇ ਦੋ ਮਹੀਨੇ ਬਾਅਦ ਸ਼ਿਕਾਰ ਲਈ ਜਾਂਦੇ ਸੀ। ਊਂਟ 'ਤੇ ਬੈਠ ਕੇ ਸ਼ਿਕਾਰ ਕਰਦੇ, ਹਿਰਨ ਉੱਥੇ ਬਹੁਤ ਸੀਗੇ, ਊਂਟ ਨਾਲ ਜਿਹੜਾ ਸੀ ਉਹਦੇ ਵਾਸਤੇ ਮੁਲਾਜ਼ਮ ਰੱਖਿਆ ਸੀ ਜਿਹੜਾ ਉਹਦੀ ਦੇਖਭਾਲ ਕਰਦਾ ਸੀ। ਸ਼ਾਇਦ ਊਂਟ ਦੀ ਉਹਦੇ ਨਾਲ ਕੋਈ ਖਾਲ ਸੀ ਉਸ ਬੰਦੇ ਨਾਲ ਨੌਕਰ ਨਾਲ। ਇੱਕ ਦਿਨ ਕੀ ਹੋਇਆ ਕਿ ਰਾਤ ਨੂੰ ਜਦੋਂ ਲੋਕ ਆਏ ਸ਼ਿਕਾਰ ਤੋਂ ਬਾਅਦ ਖਾ ਪੀ ਕੇ ਜੇ ਸੌਣ ਲੱਗੇ ਤਾਂ ਉਸ ਬੰਦੇ ਨੂੰ ਇੱਕ ਛੋਟੀ ਚਰਪਾਈ ਬਾਹਰ ਦੇ ਦਿੱਤੀ ਸੌਣ ਲਈ, ਬਰਾਮਦੇ 'ਚ ਬਾਹਰਲੀ ਤੌਰ ਸੀਗਾ ਇੱਕ ਬਰਾਮਦਾ, ਉੱਥੇ ਉੱਥੇ ਊਂਟ ਬੰਨੇ ਹੋਇਆ ਸੀਗਾ ਅਤੇ ਉਹਨੂੰ ਬੁਖਾਰ ਸੀ ਹਲਬਨ। ਉਹ ਕਿਸੇ ਵਕਤ ਉਹਨੇ ਕਿਹਾ ਕਿ ਇਹਨੂੰ ਬੰਦੇ ਨੂੰ ਮੈਂ ਮਾਰਾਂ, ਉਹ ਸੁੱਤਾ ਪਿਆ ਸੀ। ਉਹ ਜਨਾਬ ਊਂਟ ਨੇ ਜਾ ਕੇ ਉਹਨੂੰ ਆਪਣੇ ਚਾਰਿਆਂ ਟੰਗਾਂ ਦੇ ਵਿੱਚ ਲੈ ਲਿਆ, ਖੜਾ ਲੱਗਾ ਬੈਠਣ ਮਾਰਨ ਲਈ ਉਸ ਬੰਦੇ ਨੂੰ। ਉਹਦੀ ਅੱਖ ਹੋਈ ਤੁਸੀਂ ਹੋਈ ਨਾ ਮੂਵਮੈਂਟ, ਉਹ ਇੱਕਦਮ ਤਰੁਸ ਮਾਰ ਕੇ ਨਿਕਲ ਗਿਆ ਔਰ ਬਹਿ ਗਿਆ। ਔਰ ਸਵੇਰ ਅਸੀਂ ਦੇਖਿਆ ਤਾਂ ਚਾਰ ਪੈਰ ਟੁੱਟੀ ਸੀ, ਟੁੱਟ ਗਈ। ਬਸ ਫਿਰ ਦੂਸਰੇ ਦਿਨ ਉਸ ਬੰਦੇ ਨੇ ਸਭ ਤੋਂ ਪਹਿਲਾਂ ਉਸ ਊਂਟ ਨੂੰ ਵੇਚ ਦਿੱਤਾ, ਬੰਦਾ ਉਸ ਖਾਰਬਾਜ਼ੀ ਰੱਖੇ ਗਈ ਇਹਦੇ ਨਾਲ। ਬਸ ਫਿਰ 39 ਸ਼ੁਰੂ ਹੋ ਗਿਆ ਜੰਗ, ਮੇਰਾ ਖਿਆਲ ਆ ਸ਼ੁਰੂ ਹੋ ਗਈ ਸੀ 39 'ਚ ਅੱਬਾਈ ਦੀ ਮੂਵੀ ਪ੍ਰਮੋਸ਼ਨ ਪੋਸਟਿੰਗ ਅਤੇ ਦਿੱਲੀ, ਦਿੱਲੀ ਬਹੁਤ ਹੈਡਕੁਆਰਟਰ ਸੀਗਾ NWR ਦਾ, ਦਿੱਲੀ ਡਿਵੀਜ਼ਨ ਬਹੁਤ ਬੜੀ ਡਿਵੀਜ਼ਨ ਸੀ। ਬਾਹਰ ਤੱਕ ਦਿੱਲੀ ਦਾ ਰੇਲਵੇ ਸਟੇਸ਼ਨ ਮੈਨੂੰ ਯਾਦ ਹੈ ਬਹੁਤ ਸ਼ਾਨ, ਲਾਹੌਰ ਦਾ ਰੇਲਵੇ ਸਟੇਸ਼ਨ ਕੁਛ ਵੀ ਨਹੀਂ ਉਹਦੇ ਮੁਕਾਬਲੇ 'ਚ, ਅੱਡਾ ਬੜਾ ਰੇਲਵੇ ਸਟੇਸ਼ਨ। ਬਸ ਇਹ ਜਾਕਲ ਦਾ ਸੀ ਜੀ, ਬੜਾ ਮਜ਼ੇਦਾਰ ਕੰਮ। ਉੱਥੇ ਕਦੀ ਕਦੀ ਬੜੇ ਭਾਈ ਸਾਹਿਬ ਨਸੀਬ ਸਾਹਿਬ ਵੀ ਆ ਜਾਂਦੇ ਸੀ ਲੁਧਿਆਣੇ, ਮੇਰਾ ਖਿਆਲ ਹੈ 2 ਹਫ਼ਤੇ ਬਾਅਦ ਸ਼ਾਇਦ ਚੱਕਲ ਆ ਜਾਂਦੇ ਸੀ। ਅਤੇ ਉਹਨਾਂ ਦਾ ਅਜੀਬ ਸ਼ੌਕ ਸੀਗਾ ਨਹਾਉਣ ਦਾ ਗਰਮੀਆਂ 'ਚ, ਉਹਨਾਂ ਨੇ ਕਿਤੇ ਨਹੀਂ ਨਹਾਉਣਾ, ਉਹਨਾਂ ਨੇ ਕਿੱਥੇ ਨਹਾਉਣਾ, ਅੱਬਾ ਵੀ ਕਹਿਣਾ ਕਿ ਉਹ ਜਿਹੜਾ ਹੈ ਨਾ ਸ਼ੀਟ ਦੇ ਕੋਲ ਬੜਾ ਪੰਪ ਜਲ ਜਿਹਦੇ ਨਾਲ ਜਿਹੜੇ ਹੈਗੇ ਇੰਜਨ ਰੇਲਵੇ ਦੇ ਉਹਨਾਂ 'ਚ ਪਾਣੀ ਭਰਿਆ ਜਾਂਦਾ ਜਿਹਦੇ 'ਚ ਐਡੀ ਬੜੀ ਤਾਰ ਹੁੰਦੀ ਸੀ ਮੋਟੀ ਗਿਰਦੀ, ਉੱਥੇ ਨਹਾਉਣਾ। ਅੱਬਾ ਨੇ ਕਿਸੇ ਨੂੰ ਕਹਿਣਾ ਕਿ ਜਾ ਲਾ ਜਾ, ਉਹਨਾਂ ਜਾ ਕੇ ਖੋਲ ਜਾਣਾ, ਉਹ ਐਡਾ ਬੜਾ ਗਿਲਦਾ ਸੀ ਪਾਣੀ, ਬੇਤਹਾਸ਼ਾ ਪਾਣੀ ਉੱਥੇ ਰਹਿੰਦੇ ਸੀ। ਜੀਵਨ ਦਾ ਸ਼ੌਕ ਜਦ ਆਉਣਾ ਨਰਸ ਲਾਉਣਾ ਲਾ ਦਿੰਦੇ ਜੀ।